ਅਤੇ ਵੈਲਕਮ ਬੈਕ ਆਫਟਰ ਦੀ ਬ੍ਰੇਕ। ਪੰਮੀ ਬਾਈ ਜੀ ਨਾਲ ਹੋਰ ਜੁੜੀਆਂ ਗੱਲਾਂ ਕਰਾਂਗੇ। ਸਰ ਅੱਜ ਤੱਕ ਤੁਸੀਂ ਇੰਨੇ ਸਰ ਗੀਤ ਗਾਏ ਨੇ, ਹਜ਼ਾਰੋਂ ਗੀਤ ਗਾਏ ਨੇ, ਹਜ਼ਾਰੋਂ ਥਾਂ 'ਤੇ ਪਰਫੋਰਮੈਂਸ ਦਿੱਤਾ, ਆਪਣਾ ਫੇਵਰੇਟ ਸੌਂਗ ਕਿਹੜਾ ਸਰ? ਦੇਖੋ, ਮਾਂ ਨੂੰ ਤਾਂ ਸਾਰੇ ਪੁੱਤ ਚੰਗੇ ਲੱਗਦੇ ਨੇ, ਬਟ ਲੋਕਾਂ ਨੇ ਵੀ ਮੈਨੂੰ ਬਹੁਤ ਮਾਣ ਬਹੁਤ ਪਿਆਰ ਬਖਸ਼ਿਆ। ਅਤੇ ਇੱਕ ਤਾਂ ਗਾਣਾ ਜੋ ਦੋਵੇਂ ਪੰਜਾਬ ਦੇ ਪੁੱਤਰ ਹੈ, ਇਹ ਤਾਂ ਹੈ ਹੀ ਹੈ, ਇਹ ਮੇਰਾ ਫੇਵਰੇਟ ਸੌਂਗ ਹੀ ਹੈ, ਤਾਂ ਹੀ ਮੈਂ ਗਾਇਆ ਅਤੇ ਤਾਂ ਹੀ ਅੱਜ ਪੂਰੀ ਦੁਨੀਆ ਦੇ ਵਿੱਚ ਇਹ ਪਹਿਲਾ ਗਾਣਾ ਜੋ ਪਾਕਿਸਤਾਨ ਦੇ PTV ਦੇ ਉੱਤੇ ਵੀ ਨਸ਼ਰ ਹੋਇਆ ਅਤੇ ਵੱਖ ਵੱਖ TVs ਦੇ ਦੁਨੀਆ ਦੇ ਵਸਦੇ ਚੈਨਲਸ ਦੇ ਵਿੱਚ ਲੋਕਾਂ ਨੇ ਇਸ ਗਾਣੇ ਨੂੰ ਚਲਾਇਆ, ਚਾਹੇ ਉਹ ਅਮੈਰੀਕਾ 'ਚ, ਚਾਹੇ ਉਹ ਕੈਨੇਡਾ 'ਚ, ਇੰਗਲੈਂਡ 'ਚ, ਚਾਹੇ ਨਿਊਜ਼ੀਲੈਂਡ 'ਚ, ਆਸਟ੍ਰੇਲੀਆ 'ਚ, ਜਿੱਥੇ ਕਿਤੇ ਵੀ। ਸੋ ਇੱਕ ਗਾਣਾ ਮੈਂ ਆਪਣੇ ਪਿੰਡ ਦੇ ਵਿੱਚ ਪਿਕਚਰਾਈਜ਼ ਕੀਤਾ, ਉਹਦੀਆਂ ਦੋ ਲੈਣਾਂ ਮੈਂ ਜ਼ਰੂਰ ਸਾਂਝੀਆਂ ਕਰਾਂਗਾ ਤੁਹਾਡੇ ਨਾਲ, ਕਿ ਉਹ ਇੱਕ ਨਾ ਇੱਕ ਪੰਜਾਬੀ ਜੁੱਸੇ ਨੂੰ, ਇੱਕ ਕਰੈਕਟਰ ਨੂੰ ਅਸਟੈਬਲਿਸ਼ ਕਰਦੀਆਂ ਨੇ। ਉਹ ਗੀਤ ਦੇ ਬੋਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ, ਜਿਸ ਦਾ ਮਿਊਜ਼ਿਕ ਕੁਲਜੀਤ ਨੇ ਕੀਤਾ। ਅੱਖ ਵਿੱਚ ਲਾਲੀ, ਅੱਖ ਵਿੱਚ ਲਾਲੀ ਮੁੱਛ ਖੜੀ ਜੱਟ ਦੀ, ਪੱਟ ਦਿੰਦੀ ਘਰ ਇੱਕ ਅੜੀ ਜੱਟ ਦੀ। ਅੱਖ ਵਿੱਚ ਲਾਲੀ, ਅੱਖ ਵਿੱਚ ਲਾਲੀ, ਅੱਖ ਵਿੱਚ ਲਾਲੀ ਮੁੱਛ ਖੜੀ ਜੱਟ ਦੀ, ਪੱਟ ਦਿੰਦੀ ਘਰ ਇੱਕ ਅੜੀ ਜੱਟ ਦੀ। ਤੁਸੀਂ ਬਹੁਤ ਸੋਹਣੇ ਗਾਉਂਦੇ ਹੋ, ਭੰਗੜਾ ਤੁਸੀਂ ਕੀਤਾ, ਕੋਈ ਇੱਕ ਇਹੋ ਜਿਹੀ ਚੀਜ਼ ਜੋ ਅਜੇ ਵੀ ਰਹਿ ਗਈ ਹੋਵੇ, ਤੁਸੀਂ ਸੋਚਦੇ ਹੋ ਕਿ ਮੈਂ ਫਿਊਚਰ 'ਚ ਕਰਾਂਗਾ, ਜਾਂ ਕੋਈ ਸੁਪਨਾ ਜੋ ਰਹਿ ਗਿਆ ਜੇ? ਦੇਖੋ, ਸੁਪਨੇ ਤਾਂ ਕਦੇ ਵੀ ਬੰਦੇ ਦੇ ਖਤਮ ਨਹੀਂ ਹੁੰਦੇ, ਟਿਲ ਡੈਥ, ਅਤੇ ਹੁਣੇ ਵੀ ਨਹੀਂ ਚਾਹੀਦੇ। ਜੇ ਤੁਸੀਂ ਅਚੀਵਰ ਬਣਨਾ, ਕੁਛ ਅੱਛਾ ਕੰਮ ਕਰਨਾ, ਕੁਛ ਹਟ ਕੇ ਕੰਮ ਕਰਨਾ, ਤਾਂ ਤੁਹਾਨੂੰ ਸੁਪਨੇ ਲੈਣੇ ਬਹੁਤ ਜ਼ਰੂਰੀ ਨੇ। ਅਤੇ ਮੈਂ ਹੌਲੀ ਹੌਲੀ ਸੁਪਨੇ ਸਿਰਜਦਾ ਅਤੇ ਉਹਨਾਂ ਸੁਪਨਿਆਂ ਨੂੰ ਇੰਜੋਏ ਕਰਦਾ, ਉਹਨਾਂ ਨੂੰ ਫੁਲਫਿਲ ਕਰਨ ਦੀ ਕੋਸ਼ਿਸ਼ ਕਰਦਾ, ਅਤੇ ਫਿਰ ਅੱਗੇ ਤੁਰ ਪੈਂਦਾ। ਅਤੇ ਜਿਹੜਾ ਮੇਰਾ ਪੈਂਡਾ ਹੈਗਾ, ਜਿਹੜਾ ਮੇਰਾ ਪੈਸ਼ਨ ਹੈਗਾ, ਉਹ ਮੇਰਾ ਫੋਕ ਸੰਗੀਤ, ਮੇਰੇ ਲੋਕ ਨਾਚ, ਮੇਰੀਆਂ ਲੋਕ ਕਲਾਵਾਂ ਅਤੇ ਮੇਰੇ ਲੋਕ ਗੀਤ, ਅਤੇ ਉਹਦੇ 'ਚ ਲੋਕਾਂ 'ਚ ਬੜੀ ਹੋਈ ਐਕਟਿੰਗ, ਲੋਕਾਂ ਦੀ ਐਕਟਿੰਗ, ਲੋਕਾਂ ਨੂੰ ਪ੍ਰਤੀਨਿਧ ਕਰਨਾ, ਸਾਡੇ ਪੰਜਾਬ ਦੇ ਕਲਚਰ ਦੀ ਫਰਟੈਲਿਟੀ ਨੂੰ ਪੂਰੀ ਦੁਨੀਆ 'ਚ ਲੈ ਕੇ ਜਾਣਾ, ਇਟਸ ਮਾਈ ਪੈਸ਼ਨ, ਇਟਸ ਮਾਈ ਜੌਬ। ਸਰ, ਪੰਜਾਬ ਦੇ ਕਲਚਰ ਵਾਲੇ ਤੁਸੀਂ ਗੱਲ ਕੀਤੀ ਹੈ, ਉਹੀ ਮੈਂ ਤੁਹਾਡੇ ਤੋਂ ਪੁੱਛਣਾ ਚਾਹ ਰਿਹਾ ਕਿ ਪਹਿਲੇ ਜਿਹੜਾ ਗੀਤ ਤੁਸੀਂ ਗਾਉਂਦੇ ਸੀ, ਜਾਂ ਹੋਰ ਜਿਹੜੇ ਆਪਣੇ ਮਹਾਨ ਸਿੰਗਰ ਰਹੇ ਨੇ ਫੋਕ ਸਿੰਗਿੰਗ ਕਰਦੇ ਸੀ, ਅੱਜ ਕੱਲ੍ਹ ਸਰ ਰੈਪ ਚੱਲ ਪਿਆ, ਕੀ ਕਹਿਣਾ ਸਰ ਤੁਹਾਡੇ ਬਾਰੇ, ਕਿ ਕੀ ਮਤਲਬ ਕਿੱਥੇ ਲੈ ਕੇ ਜਾ ਰਹੇ ਆਪਣੇ ਕਲਚਰ ਨੂੰ ਇਹ? ਦੇਖੋ, ਰੈਪ ਪੌਪ ਇਸ ਕਿਸਮ ਦੀਆਂ ਗੱਲਾਂ ਮੈਂ ਬਹੁਤ ਦੇਰ ਤੋਂ, ਪਿਛਲੇ 30-35 ਸਾਲਾਂ ਤੋਂ ਸੁਣਦਾ ਆ ਰਿਹਾ, ਅਤੇ ਇਹ ਸੀਜ਼ਨਲੀ ਚੀਜ਼ਾਂ ਨੇ, ਇਹ ਸੀਜ਼ਨ ਤੋਂ ਮਗਰੋਂ ਖਤਮ ਹੋ ਜਾਂਦੀਆਂ ਨੇ। ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਤੁਹਾਨੂੰ ਵੀ ਅਤੇ ਸਾਰੇ ਅੱਜ ਦੇ ਸੁਣਨ ਵਾਲੇ ਲਿਸਨਰਸ ਨੂੰ ਵੀ, ਕਿ ਜਿਹੜੀ ਸਾਡੀ ਫੋਕ ਟ੍ਰੈਡੀਸ਼ਨ ਹੈ ਉਹ ਕਦੇ ਵੀ ਡਾਇੰਗ ਫੋਰਮ 'ਚ ਨਹੀਂ ਹੋ ਸਕਦੀ। ਸਾਡੀ ਪੰਜਾਬੀ ਜ਼ਬਾਨ, ਜਿਸ ਦੇ ਵਿੱਚ ਸਾਡੇ ਵੇਦ ਗ੍ਰੰਥ ਲਿਖੇ ਗਏ ਨੇ, ਜਿਸ ਦੇ ਵਿੱਚ ਸਾਡੇ ਰੋਜ਼ਮਰਾ ਦੀਆਂ ਚੀਜ਼ਾਂ ਸ਼ਾਮਿਲ ਨੇ, ਜੋ ਅਸੀਂ ਆਪਣੀ ਮਾਂ ਤੋਂ ਸਿੱਖਿਆ, ਉਹ ਕਦੇ ਖਤਮ ਨਹੀਂ ਹੋ ਸਕਦੀ। ਸੋ ਮੈਂ ਇਹ ਗੱਲ ਬਹੁਤ ਚੰਗੀ ਤਰ੍ਹਾਂ ਤੋਂ ਜਾਣਦਾ ਕਿ ਜੇ ਅੱਜ ਅਸੀਂ ਇਸ ਮਾਡਰਨਾਈਜੇਸ਼ਨ ਦੇ ਵਿੱਚ, ਇਸ ਕੰਪਿਊਟਰ ਯੁੱਗ ਦੇ ਵਿੱਚ ਇਸ ਯੰਗਸਟਰਾਂ ਨੂੰ ਅਸੀਂ ਦੱਸਾਂਗੇ ਨਹੀਂ ਆਪਣਾ ਵਿਰਸਾ, ਅਸੀਂ ਆਪਣੇ ਕਲਚਰ ਬਾਰੇ ਉਹਨਾਂ ਨੂੰ ਜਾਣੂ ਹੀ ਨਹੀਂ ਕਰਾਵਾਂਗੇ, ਤਾਂ ਫਿਰ ਪਤਾ ਕਿੱਥੋਂ ਲੱਗਣਾ? ਅਤੇ ਮੈਂ ਕਦੇ ਵੀ ਕਿਸੇ ਨੂੰ ਕੰਡੈਮ ਨਹੀਂ ਕਰਨਾ ਚਾਹੁੰਦਾ, ਮੈਂ ਤਾਂ ਇਹ ਚਾਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਹੋਰ ਸੰਗੇ ਸਾਥੀਆਂ ਨੂੰ, ਜਿਹੜੇ ਬਹੁਤ ਅੱਛਾ ਕੰਮ ਕਰ ਰਹੇ ਨੇ, ਜਿਹੜੇ ਮੇਰੇ ਤੋਂ ਬਹੁਤ ਸੀਨੀਅਰ ਨੇ, ਬਹੁਤ ਵੱਡੇ ਨੇ, ਕਿ ਸਾਨੂੰ ਇੱਕ ਵੱਡੀ ਲਾਈਨ ਖਿੱਚਣੀ ਚਾਹੀਦੀ ਹੈ ਉਸ ਦੇ ਮੁਕਾਬਲੇ 'ਚ ਫੋਕ ਦੀ,
ਆਪਦੇ ਟ੍ਰੈਡੀਸ਼ਨ ਦੀ, ਆਪਦੀ ਮਾਂ ਬੋਲੀ ਦੀ, ਆਪਦੇ ਕਲਚਰ ਦੀ, ਤਾਂ ਕਿ ਲੋਕ ਦੇਖਣ ਇਹ ਲੈਣ ਵਾਲੇ ਕੌਣ ਨੇ ਅਤੇ ਇਹ ਲੈਣ ਵਾਲੇ 'ਚ ਅਸੀਂ ਖੜ੍ਹੇ ਹੋਈਏ। ਐਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਪੂਰੀ ਦੁਨੀਆ 'ਚ ਵੱਸਦੇ ਪੰਜਾਬੀ, ਚਾਹੇ ਉਹ ਪੰਜਾਬੀ ਪਾਕਿਸਤਾਨ ਦੇ ਨੇ, ਚਾਹੇ ਉਹ ਪੰਜਾਬੀ ਹਿੰਦੁਸਤਾਨ ਦੇ ਨੇ, ਉਹ ਪੰਮੀ ਬਾਈ ਨੂੰ ਇੰਨਾ ਪਿਆਰ ਕਰਦੇ ਨੇ, ਇੰਨਾ ਮਾਣ ਬਖਸ਼ਦੇ ਨੇ ਕਿ ਮੈਂ ਵਾਹਦ ਇੱਕੋ ਬੰਦਾ ਜੋ ਆਪਣੀ ਕਲਚਰ ਲਈ, ਆਪਣੀ ਫਰਟੈਲਿਟੀ ਲਈ, ਆਪਣੇ ਲੋਕਾਂ ਲਈ, ਆਪਣੇ ਸੰਗੀਤ ਲਈ, ਆਪਣੇ ਲੋਕ ਨਾਚਾਂ ਨੂੰ ਉਹਨਾਂ ਦੇ ਸਾਹਮਣੇ ਪੇਸ਼ ਕਰਦਾ ਅਤੇ ਇੱਕ ਅੱਛੀ ਤਸਵੀਰ, ਇੱਕ ਅੱਛਾ ਦਾਇਰਾ, ਇੱਕ ਉਹ ਜੈਸਚਰ ਦਿੰਦਾ ਜਿਸ ਦੇ ਵਿੱਚ ਪੂਰਾ ਸਿਟ ਔਨ ਦਾ ਹੋਲ ਫੈਮਿਲੀ, ਪੂਰਾ ਪਰਿਵਾਰ ਬੈਠ ਕੇ ਉਸ ਚੀਜ਼ ਨੂੰ ਇੰਜੋਏ ਕਰਦਾ। ਅਤੇ ਇਹੀ ਗੱਲ ਸਾਡੇ ਕਲਾਕਾਰਾਂ 'ਚ ਹੋਣੀ ਚਾਹੀਦੀ ਹੈ ਕਿ ਉਸ ਤਰ੍ਹਾਂ ਦਾ ਗਾਓ, ਉਸ ਤਰ੍ਹਾਂ ਦਾ ਲਿਖੋ, ਉਸ ਤਰ੍ਹਾਂ ਦਾ ਲੋਕਾਂ ਨੂੰ ਪਰੋਸੋ ਜੋ ਤੁਸੀਂ ਆਪਦੀ ਧੀ ਭੈਣ ਦੇ ਮੂਹਰੇ ਦੇਖ ਸਕਦੇ ਹੋ। ਬਹੁਤ ਵਧੀਆ ਸਰ, ਬਹੁਤ ਵਧੀਆ, ਬਹੁਤ ਨੇਕ ਵਿਚਾਰ ਨੇ ਸਰ। ਕੀ ਇੱਕ ਮੈਸੇਜ ਕੀ ਦੇਣਾ ਚਾਹੋਗੇ ਅੱਜ ਜੋ ਯੂਥ ਹੈ ਜੋ ਆਪਣੇ ਕਲਚਰ ਨੂੰ ਛੱਡ ਰਿਹਾ ਹੈ, ਵੈਸਟਰਨ ਕਲਚਰ ਅਡੋਪਟ ਕਰ ਰਿਹਾ ਹੈ, ਪਹਿਨਾਵਾ ਵੀ ਉਹੋ ਜਿਹਾ ਕਰ ਲਿਆ ਹੈ, ਗਾਣੇ ਵੀ ਉਹੋ ਜਿਹੇ ਗਾ ਰਹੇ ਨੇ ਅਤੇ ਮਤਲਬ ਹਰਕਤਾਂ ਵੀ ਉਹੋ ਜਿਹੇ ਕਰ ਰਹੇ ਨੇ, ਨਸ਼ੇ ਇੰਨੇ ਹੋ ਗਏ ਨੇ, ਸਰ ਕੀ ਇੱਕ ਇੱਕ ਮੈਸੇਜ ਕੀ ਆਪਣੇ ਯੂਥ ਨੂੰ ਦੇਣਾ ਚਾਹੋਗੇ ਸਰ? ਦੈਟਸ ਦਾ ਸਟੂਪਿਡ ਥਿੰਗਸ ਬਟ ਇਹ ਕਹਿਣ ਨਾਲ ਸਰਦਾ ਨਹੀਂ, ਇਹਦਾ ਮਸਲਾ, ਇਹਦਾ ਹੱਲ ਉਹ ਵੀ ਲੱਭਣਾ ਪੈਣਾ। ਉਸ ਲੱਭਣ ਦੇ ਲਈ ਸਾਨੂੰ ਉਹਨਾਂ ਨੌਜਵਾਨਾਂ ਦੀ ਨਬਜ਼ ਨੂੰ ਸਮਝਣਾ ਪੈਣਾ, ਉਹਨਾਂ ਕੋਲ ਜਾਣਾ ਪੈਣਾ, ਉਹ ਕਿਉਂ ਇੱਕ ਰਾਹੇ ਪਏ ਨੇ, ਕਿਉਂ ਆਪਣੀ ਜ਼ਬਾਨੀ ਨੂੰ ਰੋੜ ਰਹੇ ਨੇ, ਕਿਉਂ ਆਪਣੇ ਆਪ ਨੂੰ ਰੋੜ ਰਹੇ ਨੇ, ਕਿਉਂ ਆਪਣੇ ਪਰਿਵਾਰਾਂ ਨੂੰ ਰੋੜ ਰਹੇ ਨੇ। ਸੋ ਸਾਡਾ ਨੌਜਵਾਨ ਐਡਾ ਮਾੜਾ ਨਹੀਂ, ਸਾਡੇ ਪੰਜਾਬ ਦੇ ਪਾਣੀਆਂ ਦੇ ਵਿੱਚ ਹਾਲੇ ਜ਼ਹਿਰ ਨਹੀਂ ਘੁਲੀ ਹੋਈ, ਸਾਡੇ ਪੰਜਾਬ ਦੀ ਫਰਟੈਲਿਟੀ ਦੇ ਵਿੱਚ ਜ਼ਹਿਰ ਨਹੀਂ ਘੁਲੀ ਹੋਈ, ਅਸੀਂ ਉਹ ਅਪਣੱਤ ਵਾਲੇ, ਉਹ ਵਾਰੀਅਰਸ ਹਾਂ ਜਿਹੜੇ ਹਮੇਸ਼ਾ ਲੜਾਈਆਂ 'ਚ ਜਿੱਤੇ ਹਾਂ। ਸੋ ਇਸ ਕਰਕੇ ਮੈਂ ਇਸ ਨੂੰ ਕੋਈ ਬਾਹਲੀ ਵੱਡੀ ਚੁਣੌਤੀ ਨਹੀਂ ਸਮਝਦਾ, ਅਤੇ ਇਹ ਸਾਡੇ ਲੋਕਾਂ ਦੇ ਵਿੱਚ ਇਸ ਗੱਲ ਦੇ ਲਈ ਉਹਨਾਂ ਨੂੰ ਉਹਨਾਂ 'ਚ ਉਤੇਜਨਾ ਪੈਦਾ ਕਰਨੀ ਪੈਣੀ ਹੈ, ਉਹਨਾਂ ਨੂੰ ਖੜ੍ਹੇ ਕਰਨਾ ਪੈਣਾ ਕਿ ਆਓ ਅਸੀਂ ਆਪਣੇ ਯੂਥ ਨੂੰ ਆਪਣੀ ਮਾਂ ਬੋਲੀ ਨਾਲ, ਆਪਣੇ ਕਲਚਰ ਨਾਲ, ਆਪਣੇ ਪੰਜਾਬ ਦੀ ਫਰਟੈਲਿਟੀ ਨਾਲ, ਆਪਣੇ ਪੰਜਾਬ ਨਾਲ ਜੋੜੀਏ, ਤਾਂ ਕਿ ਉਹ ਇਹ ਵੀ ਸਿੱਖਣ ਕਿ ਇਹ ਵੀ ਸਾਡਾ ਆਪਦਾ ਹੈ ਅਤੇ ਕਰਾਹੇ ਨਾ ਪੈਣ। ਸੋ ਮੈਂ ਇਹ ਤੋਂ ਵੱਧ ਹੋਰ ਕੁਛ ਨਹੀਂ ਕਹਿਣਾ ਚਾਹੁੰਦਾ। ਠੀਕ ਹੈ ਸਰ, ਥੈਂਕ ਯੂ ਇਸ ਬਿਊਟੀਫੁਲ ਮੈਸੇਜ ਵਾਸਤੇ। ਅਤੇ ਸਰ ਹੋਰ ਇੱਕ ਗੱਲ ਮੈਂ ਪੁੱਛਣਾ ਚਾਹਾਂਗਾ ਤੁਹਾਡੇ ਤੋਂ ਕਿ ਅੱਗੇ ਕਿੱਦਾਂ ਆਪਾਂ ਇਸ ਚੀਜ਼ ਨੂੰ ਰੋਕ ਸਕਦੇ ਹਾਂ, ਜਿਹੜਾ ਇਹ ਨਸ਼ੇ ਆ ਰਹੇ ਨੇ ਪੰਜਾਬ 'ਚ ਆ ਰਹੇ ਨੇ, ਪੋਲੀਟਿਕਸ 'ਚ ਜਾਂ ਜੋ ਵੀ ਹੈ, ਕਿੱਦਾਂ ਰੋਕੇ ਇਹਨੂੰ, ਕੀ ਰਸਤਾ ਹੋ ਸਕਦਾ? ਦੇਖੋ ਪਹਿਲੀ ਵੱਡੀ ਗੱਲ ਤਾਂ ਇਹ ਹੈ ਕਿ ਇਹ ਡਰਾਮਾ ਜ਼ਿਆਦਾ ਹੈ ਨਸ਼ਿਆਂ ਦਾ ਅਤੇ ਨਸ਼ੇ ਘੱਟ ਨੇ। ਕਿਹੜਾ ਦੁਨੀਆ ਦਾ ਇਹੋ ਜਿਹਾ ਮੁਲਕ ਹੈ ਜਿੱਥੇ ਨਸ਼ਾ ਨਹੀਂ ਵਿਕਦਾ? ਅਮੈਰੀਕਾ ਇਜ਼ ਦਾ ਬਿਗੈਸਟ ਕੰਟਰੀ ਜਿੱਥੇ ਸਭ ਤੋਂ ਵੱਧ ਡਰੱਗੀ ਲੋਕ ਨੇ, ਕਨੇਡਾ ਜਿੱਥੇ ਇੰਨੇ ਨੌਜਵਾਨ ਮੁੰਡੇ ਮਰਦੇ ਨੇ ਨਸ਼ੇ ਦੇ ਉੱਤੇ, ਅਸੀਂ ਤਾਂ ਬਹੁਤ ਅੱਛੇ ਹਾਂ, ਦਿੱਲੀ ਸਭ ਤੋਂ ਵੱਧ ਨਸ਼ਾ ਵਿਕਦਾ। ਪੰਜਾਬ ਦੇ ਵਿੱਚ ਜਿਹੜਾ ਨਸ਼ਾ 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 ਨਸ਼ਾ, ਮੇਰੇ ਪਿੰਡ ਦੇ ਵਿੱਚ 10,000 ਵੋਟ ਦਾ ਪਿੰਡ ਹੈ ਪਰ ਮੈਨੂੰ 20 ਮੁੰਡੇ ਵੀ ਨਹੀਂ ਲੱਭ ਰਹੇ ਮੇਰੇ ਪਿੰਡ 'ਚ ਜਿਹੜੇ ਨਸ਼ਾ ਕਰਦੇ ਹੋ। 50,000 ਮੁੰਡਾ ਇੱਥੇ ਫੌਜ 'ਚ ਭਰਤੀ ਹੋਣ ਆਇਆ, ਉਹਨਾਂ ਦਾ ਸਾਰਿਆਂ ਦਾ ਡਰੱਗ ਟੈਸਟ ਹੋਇਆ, ਇੱਕ ਵੀ ਬੰਦਾ ਉਹਨਾਂ 'ਚ ਮਤਲਬ ਕਿ ਪੋਜ਼ਿਟਿਵ ਨਹੀਂ ਪਾਇਆ ਗਿਆ ਹੈ। ਅਤੇ ਫਿਰ ਅਸੀਂ ਕਿਉਂ ਇਹਦਾ ਢੰਡੋਰਾ ਪਿੱਟ ਰਹੇ ਹਾਂ, ਕਿਉਂ ਆਪਣੇ ਆਪ ਨੂੰ ਬਦਨਾਮ ਕਰਨ ਲੱਗੇ ਪਿਆ ਹੈ? ਸਾਨੂੰ ਪੰਜਾਬੀਆਂ ਨੂੰ ਚਾਹੀਦਾ ਕਿ ਅਸੀਂ ਦੁੱਧ ਮੱਖਣਾ ਨਾਲ ਪਲੀ ਜਵਾਨੀ, ਖਾਂਦੀ ਦੁੱਧ ਮਲਾਈ, ਪਾਸੇ ਹਟ ਜਾ ਜਾਲਮਾ ਪੰਜਾਬਣ ਜੱਟੀ ਆਈ ਹੈ। ਜੇ ਸਾਡੀਆਂ ਮਾਵਾਂ ਜੱਟੀਆਂ ਇਸ ਕਿਸਮ ਦੀਆਂ ਨੇ ਤਾਂ ਸਾਡੇ 'ਚ ਨਸ਼ਾ ਕਿੱਥੋਂ ਆ ਗਿਆ? ਨਸ਼ਾ ਕੋਈ ਧੱਕੇ ਨਾਲ ਕਿਸੇ ਦੇ ਮੂੰਹ 'ਚ ਤਾਂ ਨਹੀਂ ਪੂੜੀ ਪਾਉਣ ਜਾਂਦਾ। ਨਸ਼ਾ ਸਾਡੀ ਬਾਰਡਰ ਸਟੇਟ ਹੈ, ਸਾਨੂੰ ਇਸ ਗੱਲ ਦਾ ਵੀ ਗਿਆਨ ਹੈ ਕਿ ਨਸ਼ਾ ਜਿਹੜਾ ਬਾਹਰਲੇ ਮੁਲਕਾਂ 'ਚ ਜਾਂਦਾ ਹੈ ਉਹਦਾ ਰੂਟ ਟ੍ਰਾਂਜਿਟ ਹੋ ਕੇ ਸਾਡੇ ਪੰਜਾਬ ਵਿੱਚ ਦੀ ਜਾਂਦਾ ਹੈ, ਅਤੇ ਉਹ ਰੂਟ ਇੱਥੋਂ ਦਿੱਲੀ ਚਲਾ ਗਿਆ, ਰਾਜ ਖਿਲਰ ਗਿਆ, ਕੁਛ ਏਜੰਟ ਇਸ ਤਰ੍ਹਾਂ ਦੇ ਨੇ। ਜੇ ਨਸ਼ਾ ਉੱਥੇ ਹੀ ਜਾਣਾ ਨਾ ਜਿੱਥੇ ਪੈਸੇ ਨੇ, ਅਤੇ ਸਾਡੇ ਲੋਕਾਂ ਕੋਲ ਪੈਸੇ ਨੇ, ਪੰਜਾਬੀ ਫਰਟੈਲਿਟੀ ਹੈ, ਹੈ ਪੰਜਾਬੀ ਵੱਡੇ ਦਿਲਾਂ ਦੇ ਨੇ, ਅਤੇ ਕਈ ਮੁੰਡੇ ਤਾਂ ਸ਼ੌਂਕ ਸ਼ੌਂਕ ਜੀ ਮਾੜਾ ਮੋਟਾ ਕਰ ਲੈਂਦੇ ਨੇ, ਅਤੇ ਇਹ ਜਿਹੜਾ ਹੈਗਾ ਇਸ ਲਈ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ। ਕੋਈ ਐਡੀ ਗੱਲ ਨਹੀਂ, ਦਿਖਾਂਤਕ ਪੱਖ ਜ਼ਰੂਰ ਹੈਗਾ ਕਿ ਸਾਨੂੰ ਬਦਨਾਮ ਜ਼ਿਆਦਾ ਕਰ ਦਿੱਤਾ ਗਿਆ, ਬਦ ਸੇ ਬਦਨਾਮ ਬੁਰਾ ਹੈ। ਸੋ ਗੱਲ ਇਹ ਹੈ ਕਿ ਸੌ ਹੱਥ ਰੱਸਾ ਸਿਰੇ ਦੀ ਗੰਢ, ਕਿ ਭਰਾਵੋ ਨਸ਼ਾ ਸਰਕਾਰਾਂ ਨੇ ਬੰਦ ਨਹੀਂ ਕਰਨਾ, ਨਸ਼ਾ ਅਸੀਂ ਬੰਦ ਕਰਨਾ, ਇਸ ਦਿਲ ਨੇ ਬੰਦ ਕਰਨਾ, ਇਸ ਸੋਚ ਨੇ ਬੰਦ ਕਰਨਾ। ਆਓ ਸਾਰੇ ਰਲ ਕੇ ਪੰਜਾਬੀਓ ਹਮਲਾ ਮਾਰੀਏ, ਜਿਹੜੇ ਨੌਜਵਾਨ ਕਰਾਹੇ ਪਏ ਨੇ ਉਹਨਾਂ ਨੂੰ ਠੀਕ ਕਰੀਏ, ਅਤੇ ਜਿਹੜੇ ਬੰਦੇ ਵਪਾਰੀ ਨੇ ਉਹਨਾਂ ਦੀਆਂ ਸੰਗੀਆਂ ਮਰੋੜੀਏ। ਸੋ ਇਹ ਅਸੀਂ ਕਰਨਾ ਕੰਮ।
ਸਰ ਇੱਥੇ ਕੋਈ ਗਾਣਾ ਜੋ ਤੁਸੀਂ ਸ਼ੂਟ ਕੀਤਾ ਸਰ ਉਹ ਉਹਦੀਆਂ ਚਾਰ ਲੈਣਾ ਸੁਣਾਓ ਸਰ ਡੈਫੀਨੇਟਲੀ ਜੀ ਇਸ ਲਾਈਫ ਵਰਕ ਸਟੂਡੀਓ ਦੇ ਬੈਨਰ ਹੇਠ ਇਸ ਸਟੂਡੀਓ ਦੇ ਵਿੱਚ ਹੀ ਅਸੀਂ ਗਾਣਾ ਸ਼ੂਟ ਕੀਤਾ ਸੀ ਜੁਗਨੀ ਅਤੇ ਉਸ ਨੂੰ ਅਸੀਂ ਥੋੜ੍ਹਾ ਜਿਹਾ ਡਿਫਰੈਂਟ ਕੀਤਾ ਕਿ ਕੋਕ ਸਟੂਡੀਓ ਵੀ ਗਾਣੇ ਕਰਦਾ ਕੋਕ ਸਟੂਡੀਓ ਮਹਿਜ ਕੰਸਨਟਰੇਟ ਕਰਦਾ ਆਪਣੇ ਸਟੂਡੀਓ ਦੇ ਵਿੱਚ ਹੀ ਬਟ ਅਸੀਂ ਉਸ ਗਾਣੇ ਨੂੰ ਸਟੂਡੀਓ ਤੋਂ ਕੱਢ ਕੇ ਆਊਟਡੋਰ ਵੀ ਲੈ ਕੇ ਗਏ ਅਤੇ ਉਹਨੂੰ ਇਨਡੋਰ ਵੀ ਕੀਤਾ ਆਪਣੇ ਵਿਦ ਲਾਈਵ ਮਜੀਸ਼ੀਅਨਸ ਦੇ ਨਾਲ ਸੋ ਉਸ ਜੁਗਨੀ ਦੀਆਂ ਦੋ ਲਾਈਨਾਂ ਜੁਗਨੀ ਕਿਉਂਕਿ ਬੜੇ ਲੋਕਾਂ ਨੇ ਗਾਈ ਆ ਬਹੁਤ ਰਿਨਾਊਂਡ ਸਿੰਗਰਸ ਨੇ ਗਾਈ ਪਾਕਿਸਤਾਨ ਦੇ ਸਿੰਗਰਾਂ ਨੇ ਗਾਈ ਹਿੰਦੁਸਤਾਨ ਦੇ ਸਿੰਗਰਾਂ ਨੇ